कार्ती सरबत भाई राय सर आलिया ने लावी किन्ने हो गए पॉइंट दस भी रहे लखी किन्ने हो गए पॉइंट प्रदीप किन्ने पॉइंट 13 11 7 3 11 ਦੇ 3 ਦੀ ਟੱਕਰ ਹੈ ਢਾਬਾ ਨਾਲ ਸ਼ੁਰੂ ਅਗਲੀ ਸਰਵਿਸ ਕਰਨ ਦੇ ਲਈ ਤਿਆਰ ਪਰ ਤਿਆਰ ਹੈ ਲਾਵੀ ਫੌਜ ਦੀ ਬਾਹ ਫਰਮਾਨ ਮੋਟਰਸਾਈਕਲ ਨਾਲ ਕਰਦਾ ਹੈ ਜਦੋਂ ਮੇਲਾ ਪਿੰਡ ਹੋਇਆ ਤੇ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਔਰ ਸਾਹਮਣੇ 11 ਤੋਂ 12 ਪਾਰ ਸਾਹਮਣੇ ਖੇਡ ਦੇ ਮੈਦਾਨ 'ਚ ਹੋ ਗਈ ਦੀ ਗੱਲ ਦੀ ਇਹ ਖੇਡ ਦੇ ਮੈਦਾਨ 'ਚ ਸਫਲਤਾ ਇੱਕ ਹੋਰ ਜੁੜ ਗਈ ਹੈ ਸਹਿਜ ਲਾਵੀ ਪਰਚੀਆਂ ਬਣ ਗਈਆਂ ਨੇ ਤੇ ਲਾਈ ਵਾਲੇ ਵੀਰਾਂ ਕੋਲੇ ਲੈ ਜਾ ਮੇਰਾ ਭਰਾ ਵੜ ਕੇ ਆਪਾਂ ਸੈਮੀ ਦੀਆਂ ਟਾਈਆਂ ਜਿਹੜੀਆਂ ਕੱਢ ਲਈਏ 12 ਦੇ 3 ਹੈ ਉਧਰਲੇ ਪਾਸੇ ਮੇਰੇ ਮਿੱਤਰੋ ਝਨੀਰ ਦੀ ਟੀਮ ਦੀ ਟੱਕਰ ਜਿਹੜੀ ਰਾਇਸਰ ਦੀ ਟੀਮ ਦੇ ਨਾਲ ਹੈ ਜਿਹਨਾਂ ਸੰਗਰੂਰ ਤੇ ਬਰਨਾਲਾ ਹੈ ਇਹ ਵੀ ਕੋਈ ਦੋ ਚੀਜ਼ਾਂ ਨਹੀਂ ਹੈ ਕਿਉਂਕਿ ਪਹਿਲਾਂ ਜਿਹੜਾ ਸੰਗਰੂਰ ਸੀਗਾ ਔਰ ਫਿਰ ਦੋ ਜਿਹੜੇ ਬਣ ਗਏ ਔਰ ਬਾਲ ਜਿਹੜੀ ਖੇਡ ਦੇ ਮੈਦਾਨ ਦੇ ਵਿੱਚ ਜਿਹੜੀ ਆਊਟ ਹੈ ਤੇ ਨੰਬਰ 1 ਹੋਰ ਦਵਾਨ ਜੜ ਦੀ ਟੀਮ ਦੇ ਖਾਤੇ ਜੁੜ ਗਿਆ ਲੈ ਵੀ ਜੌਂਟੀ ਮੋਟਰਸਾਈਕਲ ਜਿੱਤਿਆ ਤੇਰੇ ਆ ਮੈਚ ਜਿੱਤੇ ਦੇ ਗੱਲ ਫੇਰ ਬਣ ਜੂਗੀ ਹਾਂਜੀ ਵਰਿੰਦਰ ਬਾਈ ਹਾਂਜੀ ਹਾਂ ਸੈਮੀ ਦੀਆਂ ਟਾਈਆਂ ਸਾਡੇ ਵੀਰ ਕੱਢਣ ਜਾ ਰਹੇ ਆ ਸਾਹਿਬਾਰੋਂ ਨੇ ਲਾਈਵ ਦੇ ਸਾਹਮਣੇ ਔਰ ਪਰਚੀਆਂ ਸਾਡੇ ਵੀਰਾਂ ਨੇ ਬਣਾ ਲਈਆਂ ਨੇ ਔਰ ਸਾਡੇ ਵੀਰ ਜੇਕਰ ਕੋਈ ਵੀਰ ਦੇਖਣਾ ਚਾਹੁੰਦਾ ਤੇ ਜਾ ਸਕਦਾ ਉਹਨਾਂ ਦੇ ਕੋਲ ਉਹਦਾ ਲਾਈਵ ਹੀ ਦੇਖ ਸਕਦੇ ਹੋ ਜੀ ਹੈਲੋ ਭਾਈ ਜੀ ਜੋਤੀ ਸਰ ਦਾ ਮੈਚ ਹੈ 2 ਨੰਬਰ ਗਰਾਊਂਡ ਦੀ ਜੇਤੂ ਟੀਮ ਦੇ ਨਾਲ ਕਿਹੜਾ ਮੈਚ ਚੱਲ ਰਿਹਾ ਹੈ ਇਧਰਲੇ ਪਾਸੇ ਦੀਵਾਨ ਖੇੜਾ ਔਰ ਮਹਿਰਖੁਰ ਦੀਆਂ ਟੀਮਾਂ ਦਾ
ਇਹਦੇ ਤੋਂ ਜੇਤੂ ਟੀਮ ਨੇ ਖੇਡਣਾ ਵੀਰੇ ਜੋਤੀ ਸਰ ਦੇ ਨਾਲ ਔਰ ਖੇੜੀ ਮਾਨ ਸਿੰਘ ਦਾ ਮੈਚ ਹੋਵੇਗਾ ਜਿਹੜੀ ਟੀਮ ਰਾਏਸਰ ਤੇ ਝਨੇਰ ਦੀਆਂ ਟੀਮਾਂ ਦੇ ਵਿੱਚੋਂ ਜਿੱਤੇਗੀ ਇਹ ਵੀਰ ਜਿਹੜੇ ਨੋਟ ਕਰ ਲੈਣਗੇ ਸੈਮੀਫਾਈਨਲ ਮੁਕਾਬਲੇ ਕੱਢੇ ਗਏ ਆ ਵੀ ਸ਼ਾਮਾਂ ਢਲਦੇ ਆਈਆਂ ਉਹ ਕਿਹਨੇ ਦੇਣੀਆਂ ਵਧਾਈਆਂ ਮੈਚ ਸੈਮੀ ਖੇਡਣ ਦੇ ਲਈ ਟੀਮਾਂ ਕਰਨ ਚੜਾਈਆਂ ਤੇ ਕਹਿਣ ਟੀਮਾਂ ਦੇ ਪਲੇਅਰ ਹੁਣ ਲਾਉਣੀ ਨਹੀਂ ਆਉਂਦੇ ਤੇ ਜਿੱਤ ਵਾਲੇ ਝੰਡੇ ਦੇਣੇ ਗੱਡ ਮਿੱਤਰਾਂ ਲੋਕੀ ਕੰਮ ਕਰ ਬੈਠੇ ਸਾਰੇ ਛੱਡ ਮਿੱਤਰਾਂ ਆ ਲੋਕੀ ਕੰਮ ਕਰ ਬੈਠੇ ਸਾਰੇ ਛੱਡ ਮਿੱਤਰਾਂ ਕਾਫੀ ਦਿਨਾਂ ਤੋਂ ਲੈ ਕੇ ਭਰਾਵਾਂ ਨੇ ਕੰਮ ਕਾਰ ਜਿਹੜੇ ਛੱਡੇ ਹੋਏ ਆ ਤੇ ਹੁਣ ਦੇਖਾਂਗੇ ਆ ਕੌਣ ਮੁੰਡਾ ਫਾਈਨਲ ਖੇਡਦਾ ਕਿਹੜੇ ਭਾਗਾਂ ਦੇ ਉਹ ਖਿਡਾਰੀ ਹੋਣਗੇ ਜਿਹੜੇ 31-31 ਸੌ ਰੁਪਏ ਦੇ ਅੱਜ ਹੱਕਦਾਰ ਬਣਨਗੇ ਬੈਸਟ ਬਣਨਗੇ ਮੁੰਡੇ ਪਰ ਢਾਬਾ ਇਹਦੀ ਅੱਖ ਮੈਨੂੰ ਲੱਗਦਾ ਵੀ ਪਹਿਲੇ ਨੰਬਰ ਤੇ ਆ ਆ ਮੁੰਡੇ ਕਹਿੰਦੇ ਬਾਗਾਂ ਦੇ ਏਰੀਏ ਦੇ ਵਿੱਚੋਂ ਆਏ ਹੋਏ ਆ ਹੋਰ ਮੰਡੀ ਦਾ ਕਹਿੰਦੇ ਏਰੀਆ ਪੈਂਦਾ ਮੁੰਡਿਆਂ ਦਾ ਔਰ ਗੱਲਾਂ ਕਹਿੰਦੇ ਵੱਡੀਆਂ ਨੇ ਖੇਡ ਦੇ ਮੈਦਾਨ ਦੇ ਵਿੱਚ ਵੀ ਪੱਠਿਆਂ ਚੋਂ ਤਾਤੀ ਕੁੰਬਣ ਦਾ ਔਰ ਸਾਡੇ ਘਰ ਵਿੱਚ ਪੈ ਜੇ ਸੋਗ ਜਿਹਾ ਤੇ ਬਿਜਲੀ ਦੇ ਬਿਲ ਆਵਣ ਦਾ ਤੇ ਸਾਨੂੰ ਭੈ ਵਰਗਾਂ ਦੇ ਭੋਗ ਜਿਹਾ ਔਰ ਸਾਡੇ ਸਦਾ ਸੁਹਾਗਣ ਨਹੀਂ ਵਸਦੀ ਸਾਡੇ ਚੂੜੇ ਜਾਂਦੇ ਖਿੰਡ ਗੁੜੇ ਤੇ ਮੇਰਾ ਸਤਲੁਜ ਲਾਗੇ ਟਿੱਬਿਆਂ ਦੇ ਵਿੱਚ ਆ ਛੋਟਾ ਜਿਹਾ ਇੱਕ ਪਿੰਡ ਗੁੜੇ ਮੇਰਾ ਸਤਲੁਜ ਲਾਗੇ ਟਿੱਬਿਆਂ ਦੇ ਵਿੱਚ ਛੋਟਾ ਜਿਹਾ ਇੱਕ ਪਿੰਡ ਗੁੜੇ ਔਰ ਸਾਹਮਣੇ ਆ ਕਹਿੰਦੇ ਮੁੰਡੇ ਛੋਟੇ ਵੱਡੇ ਪਿੰਡਾਂ ਦੇ ਵਿੱਚੋਂ ਰਲ ਮਿਲ ਕੇ ਖੇਡਣ ਦੇ ਲਈ ਆਉਂਦੇ ਨੇ ਤੇ ਗੱਲਾਂ ਕਹਿੰਦੇ ਦੂਰ ਦੁਰਾਡੇ ਹੋ ਜਾਂਦੀਆਂ ਨੇ ਆ ਦੀਵਾਨ ਖੇਡ ਦੀ ਟੀਮ ਦੇ ਚਰਚੇ ਕਹਿੰਦੇ ਅੱਜ ਕੱਲ੍ਹ ਸੱਤ ਸਮੁੰਦਰੋਂ ਪਾਰ ਰਹਿੰਦੇ ਆ ਆ ਮੈਣੀ ਆ ਮੁੰਡਾ ਔਰ ਮੁੰਡਾ ਨਿੱਟ ਦਾ ਵੀ ਬਹੁਤ ਤਗੜਾ ਖਿਡਾਰੀ ਹੈ ਇਹ ਮੁੰਡਾ ਕਹਿੰਦੇ ਇੱਦਾਂ ਦਾ ਖਿਡਾਰੀ ਹੈ ਇਹਨੂੰ ਜਿੱਥੇ ਵੀ ਖੜਾ ਦਿੰਦੇ ਆ ਤੇ ਉੱਥੇ ਹੀ ਬਹੁਤ ਤਗੜਾ ਪ੍ਰਦਰਸ਼ਨ ਕਰਦਾ ਹੈ ਇੱਕ ਪਾਸੇ ਹੈਪੀ ਹੈ ਨਾਲ ਕਹਿੰਦੇ ਸੈਫ ਅਲੀ ਨੂੰ ਪੱਚਾ ਪੱਚਾ ਜਾਣਦਾ ਹੈ ਇਹ ਵੀ ਕਹਿੰਦੇ ਦੁਨੀਆਂ ਦੇ ਮਹਿੰਗੇ ਡਿਫੈਂਸਰਾਂ ਦੇ ਵਿੱਚ ਆਉਣਾ ਮੁੰਡਾ ਔਰ ਆ ਰਾਜੂ ਹੈ ਜਿਹੜੇ ਮੁੰਡੇ ਦੇ ਕਹਿੰਦੇ ਪਹਿਲਾਂ ਮੀਡੀਅਮ ਦੇ ਵਿੱਚ ਚਰਚੇ ਕਰਵਾਏ ਹੋਏ ਹੈ ਔਰ ਅੱਜ ਕੱਲ੍ਹ ਕੱਚੀ ਦਾ ਇੱਕ ਥੰਮ ਡਿਫੈਂਸਰ ਮੁੰਡਾ ਕਹਿੰਦੇ ਬਣਿਆ ਹੋਇਆ ਆ ਗਿਆ ਢਾਬਾ ਵਾਲਾ ਢਾਬਾ ਵਾਲਾ ਪਰ ਚੋਟੀ ਦੇ ਜੇ ਬਾਲ ਲਾਵੇ ਤੇ ਰੁਪਈਆ ਸੰਦੀਪ ਬਿੱਲਾ ਕਹਿੰਦਾ 200 ਦੇ ਦਿਆਂਗੇ ਆਪਾਂ ਪਰ ਬਾਲ ਕੋਈ ਚੋਟੀ ਦੇ ਲਾਉਣੀ ਵੀ ਖਾਲਾ ਜੀ ਦਾ ਬਾਲਾ ਵੀ ਸ਼ੁਰੂ ਜੇ ਬਾਲ ਲਾ ਗਿਆ ਤੇ ਤੈਨੂੰ ਫੇਰ ਮੰਨੀਏ ਤੂੰ ਵੀ ਖੱਬੀ ਖਾਣ ਘਾਉਣਾ ਆਪਣੇ ਆਪ ਨੂੰ ਜੇ ਚੋਟੀ ਦੇ ਗੁੱਟ ਸਕੂਟਰ ਦੀ ਪਿਛਲੀ ਲਾਈ ਕਰਕੇ ਕਰੇ ਤੇ ਢਾਬਾ ਲਿਆ ਤੈਨੂੰ ਫੇਰ ਮੰਨੀਏ ਵੀ ਮਹਿੰਗਾ ਸ਼ੂਟਰ ਹੈ ਪਰ ਹੈਪੀ ਨੇ ਸਾਰੇ ਹੈਪੀ ਕਰਦੇ ਆਪਣੇ ਨਾਲ ਦੇ ਨੰਬਰ ਮੁੰਡਾ ਜੋੜ ਗਿਆ ਮੈਂ ਵੀ ਪੁਆਇੰਟ ਦੱਸਦੀ ਯਾਰਾਂ ਕਿੰਨੇ ਕਿੰਨੇ ਗਰਾਊਂਡ ਨੰਬਰ 2 ਦੇ ਆ
हेलो और सामने जित गई है टीम दवान खेड़ा राजू ग्राउंड जी रहो मेरे वीर बन के आओ भाई ज्योति सर आले मुंडे ज्योति सर की टीम आ जाए मेरे पहला सेमीफाइनल मैच खेड़ के लिए ज्योति सर आले मुंडे और लै जी वरिंदर आ मैचा तो सैमी तो नोट करना मेरे अपना भी कि बेस्ट खिलाड़ी बन गए बैट शूटर और बेस्ट नैटमैन डिफेंसर एक सैमीफाइनल मैच तो कहते जाएंगे जिन्होंने लिए 3100 का वाडा प्राइज है ज्योति सर आले मुंडे काले भाई भरा बन के आओ यार जल्दी देना हाँ जी ज्योति सर की टीम आ जाए मेरे जल्दी के नाल लै भी लखी मेरे वीर बन के जेडे पास सैमी बेस्ट कटने मेरे वीर बन के अपना कर लो जो भी हिसाब किताब है मेरे वीर बन के काले भाई काफी पैना आ वेले हुए पे इधरले पासे मेरा भी उधर ग्राउंड नंबर मेनु लगता भी एक दे भी साइडा जिहड़ियां चेंज हो गईयां ने लै जी कितने कितने हो गए यार पॉइंट दसी गुरां दे नाल नूं मैं भी गुरु कर ला का जरूर किंगो बुलाना भाई साहब ज्योति सर की टीम आ जाए भाई जल्दी से ज्योति सर की टीम के खिलाड़ी मेरे आओ भरा बन के काले बजे मेरी बेनती है मेरी दूसरी टीम खड़ी आप सैमीफाइनल मैच जरा जल्दी शुरू कर दिए बहुत तगड़ी टक्कर होनी है ज्योति सर वाले मुंडे ने भी अच वड्डियां वड्डियां टीमों को घर का रस्ता दिखाया है और इधरले पासे दवान खेड़े वाले मुंडे अज पूरे फिट होके आए ने और एक महंगा शूटर चक्की फिर मुंडे बड़ा कहते मुंडे का तगड़ा प्रदर्शन है उधर ग्राउंड नंबर एक दे राय सर दे कहते जस्से ने अज शहबाजपुर तूफान है आ सीजन च कहते मेरे मित्रों बड़ी धुप पई हुई है टीम की मैं भी पैर जरूर दस दी रहा कि Thank you.
ਜੋਤੀ ਸਰ ਦੀ ਟੀਮ ਆ ਗਈ ਵੀਰੇ, ਬਹੁਤ ਧੰਨਵਾਦ ਬਾਈ ਜੀ। ਬਾਲ ਵੀਰੇ ਕਮੇਟੀ ਵਾਲਿਆਂ ਕੋਲ ਹੁੰਦੀ ਵੀਰੇ ਅਮਰੀਕ, ਲੈ ਵੀ ਬਾਲ ਭੇਜਦੇ ਮੇਰਾ ਵੀਰ ਬਣ ਕੇ ਕਮੇਟੀ ਵਾਲੇ ਇੱਥੇ ਬਾਲ ਚੇਂਜ ਕਰਦੇ। ਇੱਥੇ ਬੰਦਾ ਉਹ ਆ ਜਿਹੜਾ ਲਾਈਟਾਂ ਨੂੰ ਟਾਲਾ ਕਰਦਾ ਸਿਸਟਮ, ਮੇਰੇ ਉਹਦੇ ਕੋਲ ਜਾਓ ਮੇਰੇ ਵੀਰ। ਅਮਰੀਕ ਇੱਕ ਬਾਲ ਦਿਖਾ ਜਾ ਮੇਰਾ ਵੀਰ ਬਣ ਕੇ, ਮੁੰਡੇ ਕਹਿੰਦੇ ਬਾਲ ਚੇਂਜ ਕਰਨੀ ਹੈ, ਕਾਲੇ ਬਾਲ ਚੇਂਜ ਕਰਦੇ ਮੁੰਡੇ ਨੂੰ ਬਾਈ। ਲੱਖੀ ਕਰਾ ਮੈਚ ਮੇਰਾ ਬਾਈ ਬਣ ਕੇ ਗਰਾਊਂਡ ਨੰਬਰ ਲੈ ਵੀ ਸੈਮੀ ਦੀਆਂ ਤਾਈਆਂ ਜਿਹੜੀਆਂ ਨਿਕਲੀਆਂ ਹੋਈਆਂ ਆਪਣੇ ਕੋਲ, ਪਹਿਲਾ ਸੈਮੀਫਾਈਨਲ ਮੈਚ ਜਿਹੜਾ ਆਪਾਂ ਸ਼ੁਰੂ ਕਰਵਾਉਣ ਜਾ ਰਹੇ ਹਾਂ। ਮੇਰੀ ਜਲਦੀ ਦੇ ਨਾਲ ਬੇਨਤੀ ਹੈ, ਟੀਮਾਂ ਦੇ ਖਿਡਾਰੀ ਖੇਡਣਗੇ ਜੀ। ਔਰ ਨਾਲ ਹੀ ਵੀਰੇ ਸਾਰੇ ਵੀਰ ਸੁਣੋ ਜੀ, ਰਾਜਦੀਪ ਉੱਪਰ ਦੱਸ ਦਿਆ ਵੀਰੇ, ਇੱਕ ਮਿੰਟ ਵੇਟ ਕਰੀ। ਬੈਸਟ ਖਿਡਾਰੀ ਉਹੀ ਸਾਡੇ ਵੀਰ ਕਹਿੰਦੇ, ਉਹਨਾਂ ਨੂੰ ਆਪਾਂ ਛੱਡਾਂਗੇ ਜਿਹੜੇ ਬਣਦੇ ਹੋਣਗੇ, ਬਿਲਕੁਲ ਜਿਹੜਾ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਣਾ ਹੈ। ਜਲਦੀ ਦੇ ਨਾਲ ਟੀਮਾਂ ਦੇ ਖਿਡਾਰੀ ਵੀਰੇ ਟਾਸ ਕਰ ਲੈਣਗੇ। ਇੱਕ ਮਿੰਟ ਰੁਕਿਓ ਰਾਜਦੀਪ ਵੀਰੇ, ਦੱਸ ਮਿੰਟ। ਗੇਮ ਬਾਲ ਹੋ ਗਈ ਵੀਰੇ ਉੱਧਰ ਰਾਜ ਸਰ ਦੀ। ਜਿੱਤ ਗਈ ਵੀਰੇ ਟੀਮ ਰਾਜ ਸਰ ਦੀ ਖੇਡੀ ਮਾਨ ਸਿੰਘ ਨਾਲ ਸੈਕਿੰਡ ਸੈਮੀਫਾਈਨਲ ਮੈਚ। ਕਾਹਤੇ ਆਇਆ ਸੀ ਗੋਲਡੀ ਵੀਰੇ? ਅੱਛਾ ਹੈਲੋ, ਉੱਥੇ ਹੀ ਸੱਦ ਲਈ ਬਾਈ ਜੀ। ਖੇੜੀ ਮਾਨ ਸਿੰਘ ਦੀ ਟੀਮ ਆ ਜੇ ਗਰਾਊਂਡ ਨੰਬਰ ਇੱਕ ਦੇ ਵਿੱਚ। ਖੇੜੀ ਮਾਨ ਸਿੰਘ ਜੀ, ਖੇੜੀ ਮਾਨ ਸਿੰਘ ਵਾਲੇ ਮੁੰਡੇ ਆਓ ਜਲਦੀ ਦੇ ਨਾਲ ਗਰਾਊਂਡ ਨੰਬਰ ਇੱਕ 'ਚ।